ਸਾਊਥਹਾਲ ਤੋਂ ਗੁਰਦੁਆਰਾ ਮੀਰੀ ਪੀਰੀ ਸਾਹਿਬ ਤੋਂ ਮੈਂ ਬਲਜਿੰਦਰ ਸਿੰਘ ਰਾਠੌਰ ਜੀ ਆਈ ਨੂੰ ਕਹਿੰਦਾ ਹਾਂ ਮੀਰੀ ਪੀਰੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸਿੱਖੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਰਾਜਨੀਤੀ ਦੀ ਸ਼ੁਰੂਆਤ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਆਏ ਤੇ ਉਹਨਾਂ ਦਾ ਹੀ ਇਹ ਗੁਰਦੁਆਰਾ ਸਾਹਿਬ ਤੇ ਇਸੇ ਹਫ਼ਤੇ ਗੁਰਪੁਰਬ ਵੀ ਸੀ ਔਰ ਇਸ ਹਫ਼ਤੇ ਭਾਰੀ ਬਹੁਮਤ ਨਾਲ ਜਿੱਤ ਕੇ ਸਾਊਥਹਾਲ ਈਲਿੰਗ ਤੋਂ ਸਾਡੇ ਮੈਂਬਰ ਆਫ ਪਾਰਲੀਮੈਂਟ ਵਰਿੰਦਰ ਸ਼ਰਮਾ ਜੀ ਉਹਨਾਂ ਜੀ ਆਈ ਨੂੰ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਰਮਾ ਜੀ ਪਹਿਲਾਂ ਤੁਹਾਡੇ ਵੱਲੋਂ ਵਧਾਈ ਸੁਣਿਆ ਪੂਰੀ ਜਗਤ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਵਿਊਅਰਸ ਨੂੰ ਆਪਣੇ ਵੱਲੋਂ ਧੰਨਵਾਦ ਦੇਣਾ ਚਾਹੁੰਦਾ ਕਿ ਉਹਨਾਂ ਨੇ ਬਹੁਤ ਹੀ ਗਿਣਤੀ ਦੇ ਵਿੱਚ ਆ ਵੱਧ ਤੋਂ ਵੱਧ ਮੇਰੇ 'ਚ ਜਿਹੜਾ ਟਰੱਸਟ ਸ਼ੋਅ ਕੀਤਾ ਮੈਂ ਉਹਦੇ ਲਈ ਧੰਨਵਾਦ ਕਰਦਾ ਅਤੇ ਨਾਲ ਹੀ ਐਸ਼ੋਰੈਂਸ ਦੇਣਾ ਕਿ ਮੈਂ ਆਉਣ ਵਾਲੇ ਵਕਤ ਦੇ ਵਿੱਚ ਵੀ ਜਿਸ ਤਰ੍ਹਾਂ ਪਹਿਲਾਂ ਆਪਣੇ ਦਿਲ ਤੋਂ ਲੋਕਾਂ ਦੀ ਸੇਵਾ ਕਰਦਾ ਸੀ ਲੋਕਾਂ ਦੇ ਵਿੱਚ ਰਹਿ ਕੇ ਵਿਚਰਦਾ ਸੀ ਅਤੇ ਮੈਂ ਉਸੇ ਤਰ੍ਹਾਂ ਆਪਣਾ ਕੰਮ ਜਾਰੀ ਰੱਖਾਂਗਾ। ਥੋੜ੍ਹਾ ਜਿਹਾ ਇਲੈਕਸ਼ਨ ਤੋਂ ਪਿੱਛੇ ਜਾਂਦਾ ਮੈਂ ਇਲੈਕਸ਼ਨ ਇਸ ਵਾਰ ਦੀ ਹਮੇਸ਼ਾ ਸਾਊਥਹਾਲ ਬੜੀ ਸੇਫ ਸੀਟ ਮੰਨੀ ਗਈ ਹੈ ਅਤੇ ਮੰਨੀ ਜਾਂਦੀ ਹੈ ਪਰ ਇਸ ਵਾਰੀ ਇਲੈਕਸ਼ਨ ਕੈਂਪੇਨ ਦੇ ਵਿੱਚ ਕਿਧਰੇ ਨਾ ਕਿਧਰੇ ਕੋਈ ਐਸਾ ਮਾਹੌਲ ਸੀਗਾ ਕਿ ਮਤਲਬ ਇਹ ਖੁੱਲ੍ਹੇ ਦਿਲ ਨਾਲ ਇਲੈਕਸ਼ਨ ਕੈਂਪੇਨ ਖੁਸ਼ ਖੁਸ਼ ਕਰਦੇ ਅਤੇ ਕਿਧਰੇ ਕੜਵਾਹਟ ਵਾਲਾ ਕੋਈ ਐਸਾ ਮਾਹੌਲ ਸੀਗਾ? ਦੇਖੋ ਮੇਰੇ ਵੱਲੋਂ ਬਿਲਕੁਲ ਨਹੀਂ ਸੀ। ਮੈਂ ਜੋ ਵੀ ਕਿਸੇ ਨੇ ਮੇਰਾ ਕ੍ਰਿਟੀਸਿਜ਼ਮ ਵੀ ਕੀਤਾ ਉਹਨਾਂ ਦੇ ਮੁਤਾਬਕ ਮੈਂ ਕੰਮ ਨਹੀਂ ਸੀ ਕਰਦਾ। ਮੈਂ ਉਹਦਾ ਵੀ ਕੋਈ ਰਿਸਪੋਂਸ ਨਹੀਂ ਦਿੱਤਾ, ਮੈਂ ਰਿਐਕਟ ਨਹੀਂ ਕੀਤਾ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਉਹ ਰਿਐਕਸ਼ਨ ਤੋਂ ਬਾਅਦ ਜਿਹੜੀ ਡਿਵੀਜ਼ਨ ਆ ਉਹ ਵਧੇ। ਮੈਂ ਜੇ ਉਹ ਕਿਤੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਜੇ ਕਿਤੇ ਮਿਸਅੰਡਰਸਟੈਂਡਿੰਗ ਸੀਗੀ ਤਾਂ ਮੈਂ ਉਸ ਮਿਸਅੰਡਰਸਟੈਂਡਿੰਗ ਨੂੰ ਦੂਰ ਕਰਨ ਦੀ ਕੋਸ਼ਿਸ਼ ਤਾਂ ਕੀਤੀ। ਉਹਦਾ ਮੇਨ ਮਕਸਦ ਇਹ ਸੀ ਕਿ ਉਸ ਮਿਸਅੰਡਰਸਟੈਂਡਿੰਗ ਦੇ ਨਾਲ ਸਾਡੀ ਕਮਿਊਨਿਟੀਜ਼ ਦੇ ਵਿੱਚ ਪਾੜਾ ਨਾ ਪਵੇ, ਤਾਂ ਕਿ ਅਗਰ ਬੈਠ ਕੇ ਉਹਨੂੰ ਨਜਿੱਠ ਲਿਆ ਜਾਵੇ ਤਾਂ ਉਹ ਜਿਹੜਾ ਪਾੜਾ ਹੋਣ ਦਾ ਡਰ ਹੈ ਉਹ ਤਾਕਤਾਂ ਜਿਹੜੀਆਂ ਕਿ ਸਾਡੀ ਕਮਿਊਨਿਟੀਜ਼ ਨੂੰ ਡਿਵਾਈਡ ਕਰਨੀਆਂ ਚਾਹੁੰਦੀਆਂ, ਜਿਹੜੀਆਂ ਅਨਡੈਮੋਕ੍ਰੈਟਿਕ ਨੇ, ਜਿਹਨਾਂ ਦਾ ਡੈਮੋਕ੍ਰੇਸੀ ਦੇ ਵਿੱਚ ਯਕੀਨ ਕੋਈ ਨਹੀਂ, ਉਹ ਆਪਣੇ ਧੱਕੇਸ਼ਾਹੀ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ। ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼, ਮੈਨੂੰ ਲੋਕਾਂ ਨੇ ਸਹਿਯੋਗ ਦਿੱਤਾ ਉਹਦੇ ਵਿੱਚ, ਉਹ ਜਿਹੜਾ ਪਾੜੇ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਕੱਠੇ ਕਰ ਸਕੀ, ਉਹ ਵੋਟਾਂ ਦਾ ਜਿਹੜਾ ਸਾਹਮਣੇ ਆਈਆਂ ਉਹ ਸਾਬਤ ਹੋ ਗਿਆ ਕਿ ਲੋਕਾਂ ਨੇ ਉਸ ਯੂਨਿਟੀ ਨੂੰ, ਉਸ ਬਰਾਬਰਤਾ ਨੂੰ, ਉਸ ਸਹਿਯੋਗ ਨੂੰ ਕਾਇਮ ਰੱਖਿਆ। ਨੈਸ਼ਨਲ ਲੈਵਲ 'ਤੇ ਜੇ ਮੈਂ ਗੱਲ ਕਰਾਂ ਲੇਬਰ ਪਾਰਟੀ ਪਰਫੋਰਮੈਂਸ ਪਹਿਲਾਂ ਨਾਲੋਂ ਬਿਹਤਰ ਹੋਈ ਹੈਗੀ ਹੈ ਜੇ ਕਿ ਕਾਂਗਰਸ ਦੀ ਲੀਡਰਸ਼ਿਪ ਵਿੱਚ, ਇਸ ਨੈਸ਼ਨਲ ਲੈਵਲ ਦੇ ਉੱਤੇ ਲੇਬਰ ਪਾਰਟੀ ਦੀ ਇਸ ਉਪਲਬਧੀ ਨੂੰ ਤੁਸੀਂ ਕਿੱਦਾਂ? ਦੇਖੋ ਇਹ ਸਾਡਾ ਮੈਨੀਫੈਸਟੋ, ਲੋਕਾਂ ਨੇ ਇਸ ਗੱਲ 'ਤੇ ਯਕੀਨ ਕੀਤਾ ਕਿ ਜੋ ਸਾਡੀ ਕਮਿਟਮੈਂਟ ਹੈਗੀ ਹੈ ਸਾਡੇ ਅੰਡਰ ਦਾ ਲੀਡਰਸ਼ਿਪ ਦੇ ਆਦਮੀ ਕੋਵਿੰਦ, ਜਿਹੜੀ ਉਹ ਕਮਿਟਮੈਂਟ ਹੈ ਨੈਸ਼ਨਲ ਹੈਲਥ ਸਰਵਿਸ 'ਤੇ, ਬ੍ਰੈਕਸਿਟ 'ਤੇ, ਹਾਊਸਿੰਗ 'ਤੇ, ਐਜੂਕੇਸ਼ਨ 'ਤੇ, ਸੋਸ਼ਲ ਕੇਅਰ 'ਤੇ, ਜੋ ਵੀ ਅਸੀਂ ਵਰਕਆਊਟ ਕਰਕੇ ਦੱਸਿਆ ਕਿ ਇਹ ਮੁਲਕ ਦੀਆਂ ਜ਼ਰੂਰਤਾਂ ਨੇ, ਇਹ ਮੁਲਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਸਾਨੂੰ ਆਹ ਸਟੈਪਸ ਲੈਣੇ ਚਾਹੀਦੇ ਨੇ। ਲੋਕਾਂ ਨੇ ਉਹਦੇ ਵਿੱਚ ਬੋਲਜੋੜ ਸ਼ਬਦਾਂ ਦੇ ਵਿੱਚ ਉਹਦੀ ਪ੍ਰੋੜਤਾ ਕੀਤੀ ਆ, ਜਿਹੜੀਆਂ ਵੋਟਾਂ ਆਈਆਂ ਉਹ ਇਸ ਗੱਲ ਦਾ ਅਗੇਨ ਸਾਬਤ ਕਰਦੀਆਂ ਕਿ ਸਾਡੀਆਂ ਮਜੋਰਟੀਜ਼ ਇਨਕਰੀਜ਼ ਹੋਈਆਂ, ਸਾਡੀ ਲੇਬਰ ਪਾਰਟੀ ਵੋਟ ਇਨਕਰੀਜ਼ ਹੋਈ ਹੈ, ਜਿੱਥੇ ਟੋਰੀ ਪਾਰਟੀ ਵੀ ਜਿੱਤੀ ਹੈ ਉੱਥੇ ਵੀ ਸਾਡੀ ਵੋਟ ਇਨਕਰੀਜ਼ ਹੋਈ। ਜਿਸ ਤਰ੍ਹਾਂ ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਇੱਥੇ ਦੀ ਬ੍ਰਿਟੇਨ ਦੀ ਹੋਮ ਸੈਕਟਰੀ 300 ਵੋਟ 'ਤੇ ਜਿੱਤੀ ਹੈ, ਮੈਂ 20,000 ਦੀ ਵੋਟ 22,000 ਦੀ ਵੋਟ 'ਤੇ ਜਿੱਤੀ। ਇਹ ਸਾਬਤ ਹੈ ਕਿ ਜਿਸ ਨੇ ਕੱਲ੍ਹ ਨੂੰ ਹੋਮ ਸੈਕਟਰੀ ਰਹਿਣਾ ਉਹਦੇ ਵਿੱਚ ਲੋਕਾਂ ਦਾ ਟਰੱਸਟ ਇੰਨਾ ਵੀ ਨਹੀਂ ਹੈਗਾ, ਕੋਈ ਨਹੀਂ ਕਲੋਜ਼ ਮਜੋਰਟੀ 'ਤੇ ਜਿੱਤੀ ਹੋਵੇ, ਅਤੇ ਦੂਜੇ ਪਾਸੇ ਜਿਹੜੇ ਲੇਬਰ ਪਾਰਟੀ ਦੀ ਮਜੋਰਟੀ ਆ ਹਰ ਜਗ੍ਹਾ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਨਕਰੀਜ਼ ਹੋਈ ਹੈ। ਰੂਪਾ ਹੱਕ ਐਕਟ ਦੇ ਵਿੱਚ ਜਿਹਦੀ ਸੈਕਿੰਡ ਮਾਰਜਨਲ ਸੀਟ ਸੀ ਟੋਰੀ ਟਾਰਗੇਟ ਕੀਤੀ ਹੋਈ ਸੀ, ਉਹਦੀ ਇਸ ਵੇਲੇ ਮਜੋਰਟੀ 13,000 ਤੋਂ ਉੱਪਰ ਹੋਈ ਹੈ। ਰੂਪ ਕੈਡਬਰੀ ਦੀ ਹੋਈ ਹੈ, ਸੀਮਾ ਮਲਹੋਤਰਾ ਦੀ ਇਨਕਰੀਜ਼ ਹੋਈ ਹੈ, ਮੇਰੀ ਇਨਕਰੀਜ਼ ਹੋਈ ਹੈ ਵੋਟ, ਸਰੋਹ ਦੇ ਵਿੱਚ ਸਾਡੀ ਕੈਂਡੀਡੇਟ ਲੇਬਰ ਕੈਂਡੀਡੇਟ ਐਮ ਪੀ ਦੀ ਵੋਟ ਇਨਕਰੀਜ਼ ਹੋਈ ਹੈ। ਇਸ ਗੱਲ ਦਾ ਸਬੂਤ ਹੈ ਕਿ ਲੋਕ ਲੇਬਰ ਪਾਰਟੀ ਦੀਆਂ ਪੋਲਿਸੀਜ਼ 'ਤੇ ਸਹਿਮਤ ਸੀ ਅਤੇ ਉਹ ਚਾਹੁੰਦੇ ਸਨ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਉਹ ਅੱਗੇ ਆ। ਫਾਈਨਲ ਸਵਾਲ ਮੈਂ ਵਾਈਂਡ ਅਪ ਕਰਾਂਗਾ, ਜਿੱਥੇ ਤੱਕ ਆਪਾਂ ਸਾਰੇ ਮੁੱਦਿਆਂ ਦੀ ਗੱਲ ਕਰਦੇ ਸੀ ਬ੍ਰੈਕਸਿਟ ਜਾਂ ਐਨ ਐਚ ਐਸ ਦੀ, ਪਿਛਲੇ ਇੱਕ ਮਹੀਨੇ ਦੇ ਵਿੱਚ ਟੈਰਰਿਜ਼ਮ ਦਾ ਬਹੁਤ ਜ਼ਿਆਦਾ ਆਪਣੇ ਯੂ ਕੇ ਦੇ ਜੋ ਕਲਚਰ ਦੀ ਜੋ ਡਾਇਵਰਸਿਟੀ ਹੈ ਉਹਦੇ ਉੱਤੇ ਇੱਕ ਹਿਸਾਬ ਨਾਲ ਹਮਲਾ ਹੋਇਆ ਹੈ, ਉਸ ਨੂੰ ਟੈਕਲ ਕਰਨ ਵਾਸਤੇ ਲੇਬਰ ਪਾਰਟੀ ਕੀ ਉਪਰਾਲਾ ਕਰ ਸਕਦੀ? ਦੇਖੋ ਜਿਹੜਾ ਟੈਰੋਰਿਜ਼ਮ ਦਾ ਇਸ਼ੂ ਆ ਇਹ ਇਕੱਲਾ ਬ੍ਰਿਟੇਨ ਦਾ ਇਸ਼ੂ ਨਹੀਂ,
लेबर पार्टी कमिटेड है कि सारे मुल्क सरकार जिन्हें टैरोरिज्म के विरुद्ध काम कर रही हैं उन्होंने इकट्ठे होकर हाथ दबना चाहिए। एक इंडिविजुअल मुल्क अपने डिफेंस कर सकता है लेकिन दुनिया की नहीं कर सकता। सानू इस वेले असी ग्लोबल मार्केट कम्यूनिटी के बीच रह रहे हैं, ग्लोबल इशू के उत्ते ग्लोबल सोल्यूशन चाहिए, उसके लिए लेबर पार्टी वचनबद्ध है। ये भी एक ऐसा मुद्दा से जिथे कि प्रेजेंट गवर्नमेंट जी थरीसा मे फेल हुई है क्योंकि वो लीडरशिप के थले 20,000 पुलिस की जी गिनती है घटी है, कटौती आई है, गाह बजट के कटौती है। ये भी क्वेश्चन मुल्क ने वो अगे रख्या कि इशू किसी कम्यूनिटी का ज किसी धर्म का नहीं, ये इशू आ उस सोच का, उस सोच में असं कि टैकल करना। वो सारिया दुनिया दरकार इकट्ठिया होकर वो लोग जेडे पीस चाहते हैं वर्ल्ड के किसी भी मुल्क के किसी भी धर्म किसी भी कौम के बच्चे उन्होंने हक बन उन्होंने ड्यूटी बनती है कि इकट्ठे होकर हल फाइनल वर्ड साउथहॉल ईलिंग बाकी। देखो इलेक्शन ओवर हो चुकी है, सरकार बन चुकी है, हूँ असी सरकार बेशक साड़ी पार्टी की नहीं है फिर भी असी लोकल मुद्दे नैशनल मुद्दों इकट्ठे करके सांझे तौर पर उन्हों का हल लभन अगे तुरना चाहिए। तो मैं सारे अपील करता कि अगर थोड़े कोई इशूज़ ने कंसर्नस ने आप उन्होंने बैठ के नजिठिए रादर दैन किसी के पिछे गल करी जाइए और वह हल कोई ना मिले, इकट्ठे होकर हल लभीए ता कि जोड़ा साउथहॉल है ये जिस तरह पहला से उस तरह वाधा पुत्र है। बहुत बहुत धन्यवाद जी, तो बहुत बहुत बधाई। वाहू जी का वाहू जी की फतेह।